ਅੱਜ ਲੁਧਿਆਣਾ ਸਰਕਟ ਹਾਊਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਾਲਮੀਕਿ ਸਮਾਜ ਦੇ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੈਂ ਸੁਮਨ ਸਿੰਘ ਬਿਰਲਾ, ਜਨਰਲ ਸੈਕਟਰੀ ਪ੍ਰਦੇਸ਼ ਕਾਂਗਰਸ ਕਮੇਟੀ। ਅੱਜ ਸਰਕਟ ਹਾਊਸ ਵਿਖੇ ਸਾਡੇ ਵਾਲਮੀਕਿ ਸਮਾਜ ਦੀ ਇੱਕ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਦੇ ਵਿੱਚ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਪ੍ਰਗਟ ਦਿਹਾੜਾ ਮਨਾਉਣ ਵਾਸਤੇ ਇੱਕ ਗੱਲ ਹੋਈ ਹੈ ਅਤੇ ਅਗਲੇ ਹਫ਼ਤੇ ਸੰਡੇ ਨੂੰ ਸਾਡੇ ਸਮਾਜ ਦੀ ਮੀਟਿੰਗ ਇੱਥੇ ਸਰਕਟ ਹਾਊਸ ਵਿੱਚ ਵਿਖੇ ਹੋਊਗੀ, ਜਿਹਦੇ ਵਿੱਚ ਹੰਸਰਾਜ ਹੰਸਨ ਜੀ ਨੇ ਆਉਣਾ ਹੈ ਅਤੇ ਅਸੀਂ ਵਾਲਮੀਕਿ ਸਮਾਜ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਾਂਗੇ। ਠੀਕ ਹੈ, ਵਾਲਮੀਕ ਸਮਾਜ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਾਂਗੇ ਅਤੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਜਿਹੜਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਉਣਾ, ਉਹਦੇ ਵਿੱਚ ਵਾਲਮੀਕਿ ਸਮਾਜ ਦੀ ਅਹਿਮ ਗੱਲਾਂ ਦੇ ਮੀਟਿੰਗ ਦੇ ਉੱਤੇ ਵਿਚਾਰ ਕੀਤੇ ਗਏ ਨੇ ਅਤੇ ਵਾਲਮੀਕਿ ਸਮਾਜ ਦਾ ਜਿਹੜਾ ਹੱਕ ਹੈ ਉਹ ਕਾਂਗਰਸ ਤੋਂ ਲੈਣ ਵਾਸਤੇ, ਕਾਂਗਰਸ ਤੋਂ ਵਿਧਾਨ ਸਭਾ ਦੇ ਵਿੱਚ ਟਿਕਟਾਂ ਮੰਗਣ ਵਾਸਤੇ ਇਹ ਸਾਡੀ ਮੀਟਿੰਗਾਂ ਚੱਲ ਰਹੀਆਂ। ਸਮੂਹ ਵਾਲਮੀਕਿ ਸਮਾਜ ਦੀ ਸਰਕਲ ਉੱਥੇ ਮੀਟਿੰਗ ਹੋਈ ਜਿਸ 'ਚ ਵਿਚਾਰ ਆਉਂਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਭਗਵਾਨ ਵਾਲਮੀਕਿ ਦਾ ਜੋ ਦਿਨ ਹੈ ਉਹ ਮਨਾਉਣ ਲਈ ਪੂਰੇ ਜ਼ਿਲ੍ਹੇ ਵਿੱਚ ਜਾਂ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਮਨਾਇਆ ਜਾਊਗਾ, ਜਿਹਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਾਹਿਬ ਅਤੇ ਸੁਖਵਿੰਦਰ ਹੰਜੀ ਤੋਂ ਇਲਾਵਾ ਹੋਰ ਸਾਰੇ ਸੀਨੀਅਰ ਕਾਂਗਰਸੀ ਤਾਂ ਪਹੁੰਚ ਨੇ। ਇਸ ਸੰਬੰਧ ਵਿੱਚ ਤਿਆਰੀਆਂ ਹੋ ਰਹੀ ਨੇ। ਅੱਜ ਇਸ ਸੰਬੰਧ ਸਾਰੀ ਮੀਟਿੰਗ ਸੀਗੀ ਅਤੇ ਮੈਂ ਸਾਰੇ ਸਮਾਜ ਨੂੰ, ਖਾਸ ਤੌਰ 'ਤੇ ਵਾਲਮੀਕਿ ਸਮਾਜ ਨੂੰ ਅਤੇ ਸਮੂਹ ਵਾਲਮੀਕਿ ਨੇਵਾ ਸਮਾਜ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਇਸ ਸਮਾਗ ਵਿੱਚ ਪਹੁੰਚ ਕੇ ਇਹਦੀ ਸੇਵਾ ਕਰਾਓ ਜੀ। ਮੀਟਿੰਗ ਸਰਕਟ ਹਾਊਸ ਕੀਤੀ ਗਈ ਹੈ, ਸਾਡੇ ਸਤਿਕਾਰ ਜੋ ਸੁਨੀਲ ਸਿੰਘ ਜੀ ਬਿਰਲਾ ਜੀ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਦੇ ਵਿੱਚ ਭਗਵਾਨ ਵਾਲਮੀਕਿ ਜੀ ਦਾ ਪੰਜਾਬ ਪੱਧਰ 'ਤੇ ਜੋ ਜਯੰਤੀਆਂ ਮਨਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਨੇ ਔਰ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਪ੍ਰਧਾਨ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਉਚੇਚੇ ਤੌਰ 'ਤੇ ਬੁਲਾਉਣ ਸੰਬੰਧੀ ਵਿਚਾਰ ਕੀਤਾ ਗਿਆ ਔਰ ਇਸ ਮੀਟਿੰਗ ਦੇ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਵੀ ਜੋ ਹੰਸਰਾਜ ਹੰਸ ਅੱਜ ਸਾਡੇ ਵਾਲਮੀਕਿ ਸਮਾਜ ਦੀ ਬਾਂਗਡੋਰ ਬਣਿਆ, ਆਵਾਜ਼ ਬਣਿਆ ਔਰ ਅੱਜ ਇਸ ਮੀਟਿੰਗ ਦੇ 'ਚ ਮਤਾ ਪਾਸ ਹੋਇਆ ਕਿ ਹੰਸਰਾਜ ਹੰਸ ਜੀ ਨੂੰ ਆਉਣ ਵਾਲੇ ਸੰਡੇ ਨੂੰ ਉਹਨਾਂ ਨੂੰ ਸਮਾਜ ਵੱਲੋਂ ਸਨਮਾਨ ਕੀਤਾ ਜਾਵੇਗਾ ਜਿਹੜਾ ਕਿ ਦਲਿਤ ਸਮਾਜ ਦੀ ਗਰੀਬ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ। ਲੁਧਿਆਣਾ ਤੋਂ ਅਮਿਤ ਸਚਦੇਵਾ ਦੀ ਰਿਪੋਰਟ, ਪੈਰੇਦਾ ਟੀਵੀ। ਵਾਲਮੀਕਿ ਸ਼ਕਤੀ ਅਮਰ ਰਹੇ।